ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਆਏ ਦਿਨ ਪੰਜਾਬ ਦੀਆਂ ਸੜਕਾਂ ਉੱਤੇ ਕਿਤੇ ਨਾ ਕਿਤੇ ਧਰਨਾ ਪ੍ਰਦਰਸ਼ਨ ਆਪਣੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਹੁੰਦੇ ਹੀ ਰਹਿੰਦੇ ਨੇ। ਉਸ ਦੇ ਵਿੱਚ ਹੀ ਹੁਣ ਰੈਵਨਿਊ ਪਟਵਾਰੀ ਯੂਨੀਅਨ ਪੱਟੀ ਵੀ ਜੁੜ ਗਈ ਹੈ। ਆਪਣੀਆਂ ਭਾਗ ਦੀਆਂ ਮੰਗਾਂ ਸੰਬੰਧੀ ਸਰਕਾਰ ਅਤੇ ਮਹਿਕਮੇ ਨੂੰ ਪਹਿਲਾਂ ਵੀ ਇਹ ਮੰਗ ਪੱਤਰ ਦੇ ਚੁੱਕੇ ਨੇ ਜੋ ਤਹਿਸੀਲਦਾਰ ਪੱਟੀ ਵੱਲੋਂ ਦਿੱਤਾ ਗਿਆ ਸੀ, ਪਰ ਆਪਣੀਆਂ ਹੱਕੀ ਮੰਗਾਂ ਪੂਰੀਆਂ ਨਾ ਹੁੰਦਿਆਂ ਵੇਖ ਅੱਜ ਫਿਰ ਰੈਵਨਿਊ ਪਟਵਾਰੀ ਯੂਨੀਅਨ ਵੱਲੋਂ ਤਹਿਸੀਲਦਾਰ ਪੱਟੀ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਰੈਵਨਿਊ ਪਟਵਾਰੀ ਯੂਨੀਅਨ ਦੀਆਂ ਮੁੱਖ ਮੰਗਾਂ ਅਨੁਸਾਰ ਸਾਲ 1996 ਤੋਂ ਬਾਅਦ ਸੀਨੀਅਰ ਯੂਨੀਅਨ ਖੇਲ ਖਤਮ ਕੀਤਾ ਜਾਵੇ, ਇੱਕੋ ਸਮੇਂ ਭਰਤੀ ਪਟਵਾਰੀਆਂ ਦੀ ਤਨਖਾਹ ਤਰੁੱਟੀ ਦੂਰ ਕੀਤੀ ਜਾਵੇ। ਸੱਤ ਪਟਵਾਰੀਆਂ ਪਿੱਛੋਂ ਇੱਕ ਕਾਨਗੋ ਦੀ ਮੰਗ ਹੈ ਜੋ ਵਿੱਤ ਵਿਭਾਗ ਵੱਲੋਂ ਮਨਜ਼ੂਰ ਵੀ ਹੋ ਚੁੱਕੀ ਹੈ ਪਰ ਲਾਗੂ ਨਹੀਂ ਕੀਤੀ ਜਾ ਰਹੀ। ਨਾਲ ਹੀ ਇਹਨਾਂ ਦੀ ਮੰਗ ਹੈ ਕਿ ਕੰਪਿਊਟਰ ਆਪਰੇਟਰ ਦਾ ਕੰਮ ਵੀ ਪੰਜਾਬ ਪੱਧਰ ਤੇ ਪਟਵਾਰੀਆਂ ਦੇ ਹਵਾਲੇ ਕੀਤਾ ਜਾਵੇ ਅਤੇ ਪਟਵਾਰੀਆਂ ਨੂੰ ਲੈਪਟਾਪ ਮੁਹੱਈਆ ਕਰਵਾਏ ਜਾਣ, ਕਿਉਂਕਿ ਤਕਰੀਬਨ 1500 ਪਟਵਾਰੀ ਕੰਪਿਊਟਰ ਟ੍ਰੇਨਿੰਗ ਲੈ ਚੁੱਕੇ ਨੇ ਜੋ ਗ੍ਰੈਜੂਏਟ ਨੇ ਤੇ ਉਹ ਇਸ ਕੰਮ ਨੂੰ ਭਲੀ ਭਾਂਤੀ ਸਿਰੇ ਚਾੜ ਸਕਦੇ ਨੇ। ਨਾਲ ਹੀ ਉਹਨਾਂ ਕਿਹਾ ਕਿ ਪਟਵਾਰੀਆਂ ਦੀ ਜਲਦ ਤੋਂ ਜਲਦ ਭਰਤੀ ਕੀਤੀ ਜਾਵੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਪਟਵਾਰੀ ਅਜਿਹੇ ਨੇ ਜੋ ਰਿਟਾਇਰਡ ਹੋਣ ਵਾਲੇ ਨੇ। ਰਿਟਾਇਰਡ ਪਟਵਾਰੀਆਂ ਅਤੇ ਕਾਨਗੂਆਂ ਨੂੰ ਠੇਕੇ ਤੇ ਭਰਤੀ ਨਾ ਕੀਤਾ ਜਾਵੇ। ਨਾਲ ਹੀ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਭਰ ਵਿੱਚ ਪਟਵਾਰੀਆਂ ਦਾ ਟੋਲ ਟੈਕਸ ਮਾਫ਼ ਕੀਤਾ ਜਾਵੇ। ਇਸ ਮੌਕੇ ਤੇ ਯੂਨੀਅਨ ਪ੍ਰਧਾਨ ਜਸਵੀਰ ਸਿੰਘ ਪੰਨੂ, ਵਰੁਣਦੀਪ ਸਿੰਘ ਜਨਰਲ ਸਕੱਤਰ, ਗੁਰਸੇਵਕ ਸਿੰਘ ਖਜਾਨਚੀ, ਕਾਨੂੰਗੋ ਜਸਵਿੰਦਰ ਸਿੰਘ, ਗੁਰਨੇਕ ਸਿੰਘ ਪੰਨੂ, ਸੁਖਜਿੰਦਰ ਸਿੰਘ, ਜੋਗੀ ਸਿੰਘ, ਹਰਪ੍ਰੀਤ ਸਿੰਘ, ਗੁਰਸਿਮਰਨਜੀਤ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਸੁਨੀਤ ਦੱਤ ਆਦਿ ਹਾਜ਼ਰ ਰਹੇ। ਮੈਂ ਜੀ ਸੁਰਜੀਤ ਸਿੰਘ, ਪ੍ਰਧਾਨ ਪਟਵਾਰ। ਅਸੀਂ ਪੰਜਾਬ ਸਰਕਾਰ ਦੇ ਖਿਲਾਫ਼ ਇਹ ਰੋਸ ਧਰਨਾ ਦੇ ਰਹੇ ਹਾਂ। ਜਿਹੜੀਆਂ ਸਾਡੀਆਂ ਮੰਗਾਂ, ਜਿਵੇਂ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਅੱਜ ਤੱਕ ਨਹੀਂ ਲਾਗੂ ਹੋਈ, ਸਾਡੀਆਂ DA ਦੀਆਂ ਕਿਸ਼ਤਾਂ, ਸਾਡੇ ਸੱਤਾਂ ਪਟਵਾਰੀਆਂ ਪਿੱਛੇ ਜਿਹੜਾ ਇੱਕ ਕਾਨੂੰਗੋ, ਇਸ ਤਰ੍ਹਾਂ ਇਹ ਜਿਹੜੇ ਸਾਡੇ ਹੋਰ ਮਸਲੇ, ਜਿਵੇਂ ਨਵੀਂ ਜਿਹੜੀ ਸਕੀਮ ਪੈਨਸ਼ਨ ਜਿਹੜੀ, ਉਹਨਾਂ 2004 ਦੇ ਜਿਹੜੇ ਨਵੇਂ ਬੱਚੇ ਭਰਤੀ ਹੋ ਬੰਦ ਕਰ ਦਿੱਤੇ ਆ, ਜਿਵੇਂ ਪਟਵਾਰੀ ਘੱਟ ਹੋਣ ਦਾ ਕਰਕੇ ਨਵੀਂ ਭਰਤੀ ਕੀਤੀ ਜਾਵੇ, ਇਸ ਸੰਬੰਧ ਦੇ ਵਿੱਚ ਸਾਡੀ ਪਿੱਛੇ ਪੰਜਾਬ ਬਾਡੀ ਦੀ ਜਿਹੜੀ ਆ ਉਹ ਪੰਜਾਬ ਸਰਕਾਰ ਨਾਲ ਗੱਲ ਵੀ ਹੋਈ ਆ। ਉਹਨਾਂ ਕਿਹਾ ਅਸੀਂ ਨਵੀਂ ਭਰਤੀ ਕਰਾਂਗੇ, ਪਰ ਅਜੇ ਤੱਕ ਸਾਡੀ ਕੋਈ ਅੱਜ ਤੱਕ ਕੋਈ ਭਰਤੀ ਨਹੀਂ ਹੋਈ ਜੀ। ਅਗਲਾ ਐਕਸ਼ਨ ਸਾਡਾ ਹੈ ਜੀ, ਅਸੀਂ 11 ਤਰੀਕ ਨੂੰ ਜ਼ਿਲ੍ਹੇ ਲੈਵਲ 'ਤੇ ਮੁੜ ਕੇ ਰੋਸ ਧਰਨਾ ਦੇ ਰਹੇ ਹਾਂ। ਇਸ ਤੋਂ ਬਾਅਦ 15 ਤਰੀਕ ਨੂੰ ਜਿਹੜੀ ਜ਼ਿਮਨੀ ਚੋਣ ਹੋ ਰਹੀ ਆ, ਉਹ 'ਚ ਫਗਵਾੜੇ ਜਾ ਕੇ ਅਸੀਂ ਸਾਰੇ ਪਟਵਾਰੀ ਸਾਰੇ ਪੰਜਾਬ ਲੈਵਲ 'ਤੇ ਜਿਹੜਾ ਵਾ ਉਹ ਅਸੀਂ ਉੱਥੇ ਆਪਣੇ ਸਮਿੱਤਰਤਾ ਤਹਿਸੀਲ ਉੱਤੇ ਖੜਾਂਗੇ ਜੀ ਰੋਸ ਧਰਨੇ ਉੱਤੇ। ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਟਵਾਰੀਆਂ ਦੀਆਂ ਇਹ ਮੰਗਾਂ ਪੂਰੀਆਂ ਹੁੰਦੀਆਂ ਨੇ ਜਾਂ ਨਹੀਂ ਹੁੰਦੇ, ਜਾਂ ਇਹ ਵੀ ਸਾਲ ਦਰ ਸਾਲ ਇਸੇ ਤਰ੍ਹਾਂ ਧਰਨਾ ਪ੍ਰਦਰਸ਼ਨ ਜਾਰੀ ਰੱਖਦੇ ਨੇ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਇਹ ਜ਼ਰੂਰ ਕਰਨਾ, ਤਾਂ ਜੋ ਸਰਕਾਰ ਦੀਆਂ ਅੱਖਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਪਟਵਾਰੀ ਯੂਨੀਅਨ ਦੀਆਂ ਮੰਗਾਂ ਉਹਨਾਂ ਤੱਕ ਪਹੁੰਚ ਸਕਣ। ਗੁਰਬਾਣੀ ਅਖੰਡ ਬਾਣੀ ਵਾਸਤੇ ਤਰਨ ਤਾਰਨ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।